नमस्कार आदाब सारे ही मित्र प्यारियों मैं थोड़ा दोस्त होस्ट परमिंदर सिंह पापा टोएटोए सरदार हरजोत सिंह जिहड़े ने इस मुलाकात नूं मुनक्कद कर रहे हैं। असी फिजी दे एक बहुत शानदार गुरु घर लोटोका दे विच बैठे हैं। 90 वरे का इतिहास 1933 दे विच इहदा स्थापना की गई और कमाल की गल यह है कि उन्हां वरियां दे विच बहुत सारे सिख परिवार इस इलाके च नहीं फिजी के वख-वख हलकियां दे विच वसदे सन। एक अजिहा परिवार जिहड़ा दुआबे दे मैसोपुर पिंड तों उठिया और उन्हां दी जिहड़ी दूजी पीढ़ी है उस दे नाल मुलाकात हो रही है। सरदार मलकीत सिंह हुणी साडे नाल मौजूद ने। वाहिगुरू जी का खालसा वाहिगुरू की फतेह जी। ਬਹੁਤ ਵਧੀਆ ਲੱਗ ਰਿਹਾ ਮਨਜੀਤ ਸਿੰਘ ਜੀ ਮਿਲ ਕੇ। ਔਰ ਤੁਹਾਡੀ ਜਿਹੜੀ ਬੁਲਾ ਸ਼ਰਟ ਆ ਇਹ ਪੂਰੀ ਮੈਚ ਕੀਤੀ ਹੋਈ ਤੁਸੀਂ ਚਾਰ ਬੰਦੇ ਨਾਲ। ਹਾਂਜੀ ਹਾਂਜੀ ਬਹੁਤ ਸੋਹਣੀ ਲੱਗ ਰਹੀ ਹੈ। ਅੱਛਾ ਓਕੇ ਜੀ। ਅੱਛਾ ਮਲਕੀਤ ਸਿੰਘ ਜੀ ਤੁਹਾਡਾ ਜਿਹੜਾ ਸਿੱਖੀ ਸਰੂਪ ਆ ਹਾਂਜੀ ਤੁਹਾਡਾ ਇਹ ਹੱਸਦਾ ਚਿਹਰਾ ਹਾਂਜੀ ਹਾਂਜੀ ਫਿਜੀ ਦੇ ਵਿੱਚ ਇਸ ਮੁਸਕਰਾਹਟ ਨੂੰ ਕਿੰਨੇ ਸਾਲ ਹੋ ਗਏ? ਜਿੱਦਾਂ ਪਹਿਲਾਂ ਜਦ ਮੈਂ ਛੋਟਾ ਰਿਹਾ ਤਾਂ ਹੀ ਕੇਸ ਮੇਰੇ ਰਹੇ। ਅੱਛਾ ਜਿੱਦਾਂ ਕੇਸ ਰਹੇ ਤਾਂ ਫਿਰ ਬਾਅਦ ਮੈਂ ਜਿੱਦਾਂ ਸਕੂਲ ਜਾਣ ਲੱਗਾ। ਅੱਛਾ ਤਾਂ ਫਿਰ ਮਾਂ ਪਿਆ ਨੇ ਥੋੜ੍ਹਾ ਜਿਹਾ ਕੱਟ ਕਰਤੀ। ਅੱਛਾ ਹਾਂਜੀ ਵੱਡਦੀ ਫਿਰ ਹੁਣ ਲਗਭਗ 20 ਸਾਲ ਹੋ ਗਿਆ ਹੁਣ। ਅੱਛਾ ਜੀ ਫਿਰ ਸੇ ਮੈਂ ਦਾੜੀ ਕੇਸ ਰੱਖਿਆ ਹੈ। ਅੱਛਾ ਜੀ ਹਾਂਜੀ ਹਾਂਜੀ ਹਾਂਜੀ। ਅੱਛਾ ਇਹ ਕਹਾਣੀ ਸ਼ੁਰੂ ਕਿੱਥੋਂ ਹੋਈ ਸੀ? ਪਰਿਵਾਰ ਤੁਹਾਡਾ ਕਦੋਂ ਕਿੱਥੋਂ ਕਦੋਂ ਕਿੱਥੇ ਕਿਹੜੀ ਜਗ੍ਹਾ 'ਤੇ ਇੱਥੇ ਆਇਆ? ਆਉਣ ਦਾ ਕਾਰਨ ਕੀ ਸੀ? ਜਿੰਨਾ ਕੁ ਤੁਹਾਨੂੰ ਪਤਾ ਸਾਨੂੰ ਜ਼ਰੂਰ ਦੱਸੋ। ਜਿੱਦਾਂ ਬਾਬੇ ਫਾਦਰ ਸਾਹਿਬ ਜਿੱਦਾਂ ਬਾਬਾ ਮੇਰਾ ਅੱਛਾ ਇਹ ਸਾਡੇ ਸਿੰਘਾਂ ਟੋਕਾ ਇਲਾਕੇ 'ਤੇ ਅੱਛਾ ਜ਼ਮੀਨ ਲਈ ਆਏ ਕਦੋਂ? ਹਾਂਜੀ ਹਾਂਜੀ ਗਾਹਾਂ ਜਾ ਕੇ ਹੋਰ ਨਹੀਂ ਕਦੋਂ ਆਏ? ਵਿੱਚ ਹੀ ਦੇਖੇ ਮੈਂ ਦੇਖਾਂ ਤੇ ਆਏ ਆ ਲਗਭਗ 1902 ਤੇ 1902 ਦੇ ਵਿੱਚ। ਹਾਂਜੀ 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 ਠੀਕ ਹੈ। ਹਾਂਜੀ ਹਾਂਜੀ ਬਸ ਕੁਛ ਇੱਕਦਮ ਸੋ ਕਹਾਣੀ ਚੱਲਦੀ ਹੈ ਜਦੋਂ ਜਿਹੜੀ ਪ੍ਰਥਾ ਸੀ ਜਿਹਦੇ ਵਿੱਚ ਇੰਡੈਂਚਰਡ ਲੇਬਰ ਆਉਂਦੀ ਆ ਹਾਂ ਬਸ ਗੰਨੇ ਦੀ ਕਾਸ਼ ਲਈ ਉਸ ਤੋਂ ਬਾਅਦ ਫ੍ਰੀ ਮਾਈਗ੍ਰੈਂਟਸ ਦੇ ਵਿੱਚ ਨਾਰਮਲੀ ਪੰਜਾਬੀ ਮਾਈਗ੍ਰੈਂਟਸ ਦਾ ਜ਼ਿਕਰ ਆਉਂਦਾ ਉਹ ਦੌਰ ਸੀ। ਵੈਸੇ ਮੈਂ ਯਾਦ ਕਰਾ ਦਿਆਂ 1879 ਤੋਂ ਲੈ ਕੇ 1916 ਤੱਕ ਗਿਰਮਿਟ ਪ੍ਰਥਾ ਦੇ ਅਧੀਨ ਜਿਹੜੇ ਆ ਜਹਾਜ਼ ਭਰ ਭਰ ਕੇ ਆਉਂਦੇ ਰਹੇ ਉਹਦੇ ਵਿੱਚ ਬਹੁਤ ਨਾਮਾਤਰ ਗਿਣਤੀ ਪੰਜਾਬੀਆਂ ਦੀ ਰਹੀ। ਇੱਕ ਆਜ਼ਾਦ ਅਤੇ ਖੁਦ ਮੁਖਤਿਆਰ ਕੌਮ ਦੇ ਤੌਰ 'ਤੇ ਪੰਜਾਬੀ 1900ਵਿਆਂ ਦੇ ਸ਼ੁਰੂ ਦੇ ਵਿੱਚ ਆਉਣੇ ਸ਼ੁਰੂ ਹੋਏ। ਉਹ ਪਿਤਾ ਜੀ ਦਾ ਕੀ ਨਾਂ ਸੀ? ਸਰਮੁਖ ਸਿੰਘ। ਸੋ ਸਰਮੁਖ ਸਿੰਘ ਉਹਨਾਂ ਤੋਂ ਕਹਾਣੀ ਸ਼ੁਰੂ ਕਰਦੇ ਹਾਂ ਜਿਹੜੇ ਕਿ ਇੱਥੋਂ ਦੇ ਬੋਰਨ ਸੀ। ਹਾਂ ਇੱਥੇ ਦੇ ਬੋਰਨ ਸੀ ਔਰ ਫਿਰ ਉਹਦੇ ਬਾਅਦ ਸਾਡੇ ਚਾਚੇ ਰਹੇ। ਅੱਛਾ ਸਾਰੇ ਪਰਿਵਾਰ ਜਦੋਂ ਆਏ ਆ ਕੇ ਵਾਪਸ ਗਏ ਜਾਂ ਇੱਥੇ ਰਹਿ ਪਏ? ਕੁਛ ਗਏ ਫਿਰ ਲੌਟ ਕੇ ਆ ਗਏ ਫਿਰ ਗਏ ਫਿਰ ਕੰਮ ਕਾਮ ਕੇ ਕਈ ਵਾਰੀ ਗਏ ਕਈ ਵਾਰੀ ਆਏ। ਪਿੱਛੇ ਕਨੈਕਸ਼ਨ ਹੈਗਾ ਹੁਣ? ਹੁਣ ਤਾਂ ਜਿੱਦਾਂ ਕਨੈਕਸ਼ਨ ਨਹੀਂ ਰਿਹਾ ਹੁਣ। ਫਿਰ ਜ਼ਮੀਨ ਕੌਣ ਦੇਖਦਾ ਉੱਥੇ? ਜ਼ਮੀਨ ਘਰ ਬੰਦੇ ਆ। ਅੱਛਾ ਤਾਲਾ ਲੱਗੀ ਆ। ਅੱਛਾ ਤਾਂ ਫਿਰ ਤਾਏ ਦਾ ਮੁੰਡਾ ਕਦੇ ਕਦੇ ਜਾਂਦਾ ਕੈਨੇਡਾ ਤੋਂ ਔਰ ਇੱਥੇ ਹੈ ਨਹੀਂ ਕੋਈ ਹੁਣ। ਤੁਸੀਂ ਇੰਡੀਆ ਕਿੰਨੀ ਵਾਰ ਗਏ? ਅਸੀਂ ਤਾਂ ਨਹੀਂ ਗਏ। ਨਾ ਤੁਹਾਡਾ ਮੁੰਡਾ ਗਿਆ? ਨਾ ਮੁੰਡਾ ਗਿਆ। ਬਾਪੂ ਕਿੰਨੀ ਵਾਰ ਗਿਆ ਸੀ? ਬਾਪੂ ਇੱਕ ਵਾਰੀ ਗਿਆ ਸੀ। ਮੈਂ ਗਿਆ ਸੀ ਲਫ਼ਜ਼ ਤਾਂ ਵਰਤ ਰਿਹਾ ਕਿਉਂਕਿ ਇੱਥੇ ਲੋਕਲ ਭਾਸ਼ਾ ਦੇ ਵਿੱਚ ਰਿਸਪੈਕਟ ਜਿਹੜੀ ਆ ਉਹ ਬਾਪੂ ਜੀ ਦੀ ਹੈਗੀ ਆ ਪਰ ਉਹ ਆਮ ਤੌਰ 'ਤੇ ਲਫ਼ਜ਼ ਹੀ ਵਰਤਿਆ ਜਾਂਦਾ ਵੀ ਬਾਪੂ ਕਹਿੰਦਾ ਤੇਰਾ ਵਿਆਹ ਕਰ ਦੇਣਾ। ਬਾਪੂ ਕਿੰਨੀ ਵਾਰ ਗਿਆ ਸੀ ਮੈਂ ਇਸ ਕਰਕੇ ਇਹ ਗੱਲ ਵਰਤੀ ਆ। ਸੋ ਦੇਰ ਇਜ਼ ਨੋ ਡਿਸਰਿਸਪੈਕਟ। ਜਦੋਂ ਬਾਪੂ ਜੀ ਬਾਬੇ ਦਾ ਨਾਮ ਲਕਸ਼ਮਣ ਸਿੰਘ ਰਿਹਾ। ਹਾਂ ਲਕਸ਼ਮਣ ਸਿੰਘ ਸਰਮੁਖ ਸਿੰਘ ਮਲਕੀਤ ਸਿੰਘ ਹਾਂਜੀ ਪਰਮੀਤ ਸਿੰਘ ਸੋ ਸਿੱਧੂਆਂ ਦੇ ਕਾਕੇ ਜੀ ਦੁਆਬੇ ਦੇ ਮੈਸੋਪੁਰ ਪਿੰਡ ਤੋਂ ਜਿੱਥੋਂ ਬਹੁਤ ਵੱਡੀ ਗਿਣਤੀ 'ਚ ਲੋਕ ਇੰਗਲੈਂਡ ਕੈਨੇਡਾ ਵੀ ਗਏ ਹੋਏ ਗੱਲਾਂ ਹੋ ਰਹੀਆਂ ਭਾਜੀ ਮਲਕੀਤ ਸਿੰਘ ਉਹਨਾਂ ਦੇ ਨਾਲ। ਪਹਿਲੀ ਪੀੜ੍ਹੀ ਜਿਹੜੀ 1902 ਦੇ ਵਿੱਚ ਆਉਂਦੀ ਆ ਇਹਨਾਂ ਦੇ ਫਾਦਰ ਦਾ ਜਨਮ ਇੱਥੇ ਦਾ ਆ
ਸਰਮੁਖ ਸਿੰਘ ਉਹਨਾਂ ਦਾ, ਉਹਨਾਂ ਨੇ ਗੁਰੂ ਘਰਾਂ ਦੇ ਵਿੱਚ ਸੇਵਾ ਨਿਭਾਈ, ਉਸ ਤੋਂ ਬਾਅਦ ਮਲਕੀਤ ਸਿੰਘ ਉਹਨਾਂ ਨੇ ਫਿਰ ਕੀ ਕੀਤਾ ਉਹ ਦੱਸੋ। ਫਿਰ ਮੈਂ ਕੁਛ ਦਿਨ ਜਿੱਦਾਂ ਸਕੂਲ ਤੋਂ ਬਾਅਦ ਮੈਂ ਅੱਛਾ ਮੈਕੇਨੀਕਲ ਕੀਤਾ ਸਿੰਘਾ ਟੋਕਾ ਏਰੀਏ 'ਚ, ਨੈਂਡੀ ਏਰੀਆ 'ਤੇ, ਨੈਂਡੀ 'ਚ ਅੱਛਾ, ਜਿੱਥੇ ਸਾਡਾ ਨਾਨਾ ਰਹਿੰਦੇ। ਮਤਲਬ ਜਵਾਨੀ ਆ ਗਈ। ਹਾਂਜੀ, ਨਾਲੇ ਫੁੱਟਬਾਲ ਖੇਡਿਆ ਤੁਰ ਕੇ। ਹਾਂਜੀ ਹਾਂਜੀ, ਨਾਲੇ ਗੰਨਾ ਵੀ ਕੱਟਿਆ। ਗੰਨਾ ਵੀ ਕੱਟਿਆ। ਅੱਛਾ, ਤਾਂ ਫਿਰ ਪਸੀਨਾ ਕਿੰਨਾ ਡੋਲਿਆ? ਹਾਂਜੀ, ਪਸੀਨਾ ਤਾਂ ਡੋਲਿਆ ਜੀ। ਹਾਂਜੀ, ਤਾਂ ਫਿਰ ਉਹਦੇ ਬਾਅਦ ਫਿਰ ਮੈਂ ਆ ਗਿਆ ਲਟੋਕਾ। ਅੱਛਾ, ਜਿੱਦਾਂ ਇੱਥੇ ਜਿੱਦਾਂ ਉਹ ਵੇਲੇ ਕਮਾਈ ਘੱਟ ਸੀ। ਅੱਛਾ, ਹਾਂਜੀ, ਆ ਗਿਆ ਲਟੋਕਾ। ਕੰਮ ਕਿਹੜੇ ਕਿਹੜੇ ਸੀ? ਫਿਰ ਆ ਕੇ ਮੈਂ ਲਟੋਕਾ ਜਨਰਲ ਜਾ ਆਪਣਾ ਪਿਆਰਾ ਸਿੰਘ ਜੀ, ਪਿਆਰਾ ਸਿੰਘ ਦੇ ਇਹਦੇ ਬੱਸ ਚਲਾਈ ਆ। ਅੱਛਾ, ਹਾਂਜੀ, ਬੱਸ ਚਲਾਈ ਲਗਭਗ ਕੁਛ ਨਹੀਂ ਤੋਂ 35 ਇਅਰਸ, 35 ਸਾਲ। ਹਾਂਜੀ ਹਾਂਜੀ, ਇੱਕੋ ਜਗ੍ਹਾ ਟਿਕੇ ਰਹੇ, ਇੱਕ ਹੀ ਜਗ੍ਹਾ ਟਿਕੇ। ਜਿਹੜੇ ਪਿਆਰਾ ਸਿੰਘ ਸੀਗੇ, ਉਹਨਾਂ ਨਾਲ ਕਨੈਕਸ਼ਨ ਤੁਹਾਡਾ ਕਿਵੇਂ ਬਣਿਆ? ਤੁਹਾਨੂੰ ਕਿੱਦਾਂ ਪਤਾ ਸੀ ਵੀ ਲਟੋਕਾ ਜਨਰਲ ਜਿਹੜੀ ਆ ਉਹ ਆਪਣੇ ਪੰਜਾਬੀ ਬੰਦੇ ਦੀ ਆ, ਜਿਹਦਾ ਪਿਛੋਕੜ ਪੱਦੀ ਤੋਂ ਆ, ਜਿਹੜਾ ਕਿ ਦੁਆਬੇ ਤੋਂ ਆ। ਤੁਸੀਂ ਪਿਆਰਾ ਸਿੰਘ ਉਹਨਾਂ ਦੇ ਪਰਿਵਾਰ ਦੇ ਨਾਲ ਕਿਵੇਂ ਵਾਕਫ ਸੀਗੇ? ਵੈਸੇ ਤੁਹਾਡੇ ਵਾਂਗੂ ਝੱਗਾ ਉਹ ਵੀ ਇੱਦਾਂ ਦੇ ਪਾ ਕੇ ਰੱਖਦੇ ਆ? ਹਾਂਜੀ ਹਾਂਜੀ, ਜਿੱਦਾਂ ਮੇਰਾ ਜਿਹੜਾ ਜੀਜਾ ਸੀ, ਅੱਛਾ, ਦਾ ਕਜ਼ਨ ਸਿਸਟਰ ਆ ਪਿਆਰੇ ਦੀ ਵਾਈਫ। ਚਲੋ, ਤੁਹਾਡਾ ਚੰਗਾ ਵੱਡਾ ਪਰਿਵਾਰ ਇੱਥੇ ਫਿਜੀ ਦੇ ਵਿੱਚ ਉਦੋਂ ਉਹਨਾਂ ਸਮੈਂਟ ਸੀ। ਹਾਂਜੀ, ਅੱਛਾ, ਪਿਆਰਾ ਵੀ ਭਰ ਜਵਾਨ ਸੀ, ਤੁਸੀਂ ਵੀ ਜਵਾਨ ਸੀ? ਜਵਾਨ ਸੀ, ਗੁਰਦੁਆਰੇ ਮਿਲਦੇ ਸੀ ਸਾਰੇ। ਹਾਂ ਹਾਂ ਹਾਂ, ਫਿਰ ਕਿੰਨੇ ਕੁ ਸੰਗਤ ਦੇ ਗਿਣਤੀ ਹੁੰਦੀ ਸੀ ਗੁਰਦੁਆਰੇ ਦੇ ਵਿੱਚ ਉਹਨਾਂ ਸਮਿਆਂ 'ਚ? ਉਸ ਸਮੇਂ ਤੇ ਜਿੱਦਾਂ ਆਪਣੇ ਦਾੜੀ ਕੇਸ ਵਾਲੇ ਤਾਂ ਕਈ ਰਹੇ ਇੱਥੇ। ਅੱਛਾ, ਹਾਂਜੀ ਹਾਂਜੀ, ਫਿਰ ਬਾਅਦ ਮੈਂ ਰਹੇ ਮੈਲਬਨ ਅੱਛਾ, ਰੁਕਦਾ ਨਹੀਂ ਉੱਥੇ, ਪਰ ਮੁੰਡਾ ਉਹਨਾਂ ਤੁਹਾਡਾ ਇੱਥੋਂ ਜਾਣ ਨੂੰ ਕਰਦਾ, ਇਹ ਤਿਆਰ ਕਰਦਾ ਮੈਂ ਜਾਇਆਗਾ। ਅੱਛਾ, ਹਾਂਜੀ ਹਾਂਜੀ, ਜਿਹੜੇ ਤੁਹਾਡੇ ਪਰਿਵਾਰ ਸੀ, ਹੁਣ ਬੁਰਾ ਨਾ ਮੰਨਿਓ, ਮੈਂ ਇਹ ਜਾਣਨਾ ਚਾਹੁੰਦਾ ਤੁਹਾਡੇ ਫਾਦਰ ਸਾਹਿਬ ਦਾ ਜਾਂ ਤੁਹਾਡਾ ਅੱਗੋਂ ਜਿਹੜਾ ਸ਼ਾਦੀ ਹੋਈ, ਹਾਂਜੀ, ਉਹ ਕਿਹੜੇ ਪਰਿਵਾਰਾਂ 'ਚ ਹੋਈ? ਉਹ ਸਿੱਖ ਪਰਿਵਾਰਾਂ 'ਚ ਹੋਈ ਜਾਂ ਤੁਹਾਡੇ ਬਹੁਤ ਕਲੋਜ਼ ਰਿਲੇਸ਼ਨ ਸੀ ਹਿੰਦੂ ਕਮਿਊਨਿਟੀ ਨਾਲ? ਹਾਂਜੀ, ਥੋੜ੍ਹਾ ਜਿਹਾ ਉਹਨਾਂ ਦੇ ਵਿੱਚ ਵਿਆਹ ਹੋਏ, ਜਿੱਦਾਂ ਉਹ ਥੋੜ੍ਹਾ ਮਿਕਸਚਰ ਜਿਹਾ ਪਰਿਵਾਰ ਰਿਹਾ। ਅੱਛਾ, ਪੰਜਾਬੀ ਤਾਂ ਹਿੰਦੂ ਹਿੰਦੂ ਦਾ। ਅੱਛਾ ਜੀ, ਉਹਦਾਂ ਦੇ। ਸੋ ਤੁਹਾਡਾ ਇੰਡੀਆ ਦਾ ਹੋਰ ਕੀ ਕੀ ਯਾਦ ਆ ਤੁਹਾਨੂੰ? ਕਿਹੜੇ ਥਾਂ, ਕਿਹੜੇ ਲੋਕ, ਕਿਹੜੇ ਨਾਂ ਤੁਹਾਨੂੰ ਚੇਤੇ ਆ? ਜਿੱਦਾਂ ਇੱਥੇ ਤਾਂ ਕਈ ਆਪਣੇ ਆਉਂਦੇ ਆ। ਹਾਂ ਹਾਂ, ਜਿਹੜੇ ਏਅਰਪੋਰਟ ਤੋਂ ਮੈਂ ਪਿੱਕ ਕਰਦਾ। ਅੱਛਾ, ਹਾਂਜੀ ਹਾਂਜੀ, ਨਿਊਜ਼ੀਲੈਂਡ ਤੋਂ ਆਉਂਦੇ ਆ, ਆਸਟ੍ਰੇਲੀਆ ਤੋਂ ਆਉਂਦੇ ਆ, ਸਾਰੇ ਇੰਡੀਆ ਤੋਂ ਹੈਗੇ ਆ। ਅੱਛਾ, ਹਾਂਜੀ ਹਾਂਜੀ, ਤੋ ਇਹਨਾਂ ਨਾਲ ਫਿਰ ਕਈ ਕੁਨੈਕਸ਼ਨ ਵੀ ਰਹਿੰਦੀ ਮੇਰੀ। ਅੱਛਾ, ਹਾਂਜੀ ਹਾਂਜੀ, ਤੁਸੀਂ ਦੱਸਦੇ ਆ ਫਿਰ ਤੁਹਾਡਾ ਪਿੱਛੋਂ ਪਿਛੋਕੜ ਪੰਜਾਬ ਦੇ ਕਿਹੜੇ ਪਿੰਡ ਤੋਂ? ਹਾਂ, ਗੱਲਾਂ ਬਾਤਾਂ ਹੁੰਦੀਆਂ ਤਾਂ ਫਿਰ ਅਸੀਂ ਬਾਤਚੀਤ ਹੁੰਦਾ ਨਾ ਸਾਰਾ ਕੁਝ। ਜਿਹੜੀ ਇਹ ਪੰਜਾਬੀ ਆ ਜਿੰਨੀ ਵੀ ਤੁਸੀਂ ਸਾਂਭੀ ਆ, ਹਾਂਜੀ, ਇਹ ਬਾਪੂ ਦੀ ਦੇਣ ਆ ਕਿ ਬੇਬੇ ਦੀ ਦੇਣ? ਬਾਪੂ ਦੀ। ਹਾਂਜੀ ਹਾਂਜੀ, ਬੇਬੇ ਬੇਬੇ ਵੀ ਕਰਦੀ ਸੀ। ਅੱਛਾ, ਅਜੇ ਹੈਗੀ ਆ। ਜਿਹੜਾ ਤੁਹਾਡਾ ਖਾਣਾ ਸੀ, ਜਿਹੜੇ ਤੁਹਾਡੇ ਰੀਤੀ ਰਿਵਾਜ਼ ਸੀ, ਜੋ ਤੁਹਾਡੇ ਵਿਆਹ ਹੁੰਦੇ ਸੀ, ਤੁਹਾਡੇ ਜਨਮ ਹੁੰਦੇ ਆ, ਜਾਂ ਕੋਈ ਗੁਜ਼ਰ ਜਾਂਦਾ ਪਰਮਾਤਮਾ ਦੇ ਕੋਲ ਚਲਿਆ ਜਾਂਦਾ, ਉਹ ਜਿਹੜੇ ਰੀਤੀ ਰਿਵਾਜ਼ ਆ ਉਹ ਹਾਲੇ ਵੀ ਸਿੱਖ ਮਰਿਆਦਾ ਦੇ ਅਨੁਸਾਰ ਹੁੰਦੇ ਆ? ਹਾਂਜੀ ਹਾਂਜੀ। ਜਿਹੜੇ ਤੁਹਾਡੇ ਬਜ਼ੁਰਗ ਸੀਗੇ, ਗ੍ਰੰਥੀ ਸੀਗੇ, ਤੁਸੀਂ ਜਿਹਨਾਂ ਦੀ ਗੱਲ ਕੀਤੀ ਵੀ ਉਹ ਇੱਥੋਂ ਦੇ ਬੌਰਨ ਸੀਗੇ ਨਾ, ਸਰਮੁਖ ਸਿੰਘ ਹੋਣੀ? ਹਾਂਜੀ ਹਾਂਜੀ। ਕਿਹੜੇ ਕਿਹੜੇ ਗੁਰੂ ਘਰਾਂ 'ਚ ਉਹਨਾਂ ਨੇ ਸੇਵਾ ਨਿਭਾਈ? ਉਹ ਲਟੋਕਾ ਇੱਥੇ ਸਵਾਈ ਆ ਸੂਬਾ। ਅੱਛਾ, ਤਾਂਗੀ ਤਾਂਗੀ ਵੀ ਠੀਕ ਹੈ? ਹਾਂ, ਜਿਹਦਾ ਗ੍ਰੰਥੀ ਤਾਂ ਨਹੀਂ ਰਿਹਾ ਪੂਰਾ, ਛੋਟਾ ਭਾਈ, ਛੋਟਾ ਜਿਹਾ ਭਾਈ। ਹਾਂ, ਛੋਟਾ ਭਾਈ ਜਿਹੜਾ ਵਲੰਟੀਅਰ ਸੇਵਾ। ਹਾਂ ਜੀ, ਵਲੰਟੀਅਰ ਸੇਵਾ ਕਰਦੇ ਸੀ। ਠੀਕ ਹੈ। ਇੱਕ ਸਮਾਂ ਸੀ ਜਦੋਂ ਸਾਡੇ ਬੰਦਿਆਂ ਨੇ ਆ ਕੇ ਸ਼ੁਰੂਆਤੀ ਦੌਰ ਦੇ ਵਿੱਚ ਗੰਨੇ ਦਾ ਕੰਮ ਕੀਤਾ, ਉਹਨਾਂ ਨੇ ਬੜੀ ਮਿਹਨਤ ਕੀਤੀ, ਮਿਹਨਤ ਬਹੁਤ ਜ਼ਿਆਦਾ ਕੀਤੀ, ਉਹਨਾਂ ਦੀ ਇਮਾਨਦਾਰੀ ਦੇ ਡਾਂਕੇ ਵੱਜਣ ਲੱਗੇ, ਪੁਲਿਸ ਦੇ ਵਿੱਚ, ਜੇਲਰ ਦੇ ਤੌਰ ਦੇ ਉੱਤੇ, ਹੋਰ ਬਹੁਤ ਸਾਰੇ ਸਰਕਾਰੀ ਨੌਕਰੀਆਂ ਦੇ ਵਿੱਚ, ਉਹਨਾਂ ਦੇ ਬਾਰੇ ਗੁਰੇ ਅਫਸਰਾਂ ਦੀਆਂ ਰਿਪੋਰਟਾਂ ਜਿਹੜੀਆਂ ਉਹ ਇਤਿਹਾਸ ਦੇ ਵਿੱਚ ਮਿਲਦੀਆਂ। ਤੁਹਾਨੂੰ ਉਹਨਾਂ ਬਾਰੇ ਥੋੜ੍ਹਾ ਬਹੁਤ ਕਦੇ ਤੁਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਹੋਵੇ ਕਿ ਸਾਡੇ ਸਰਦਾਰ ਭਰਾ ਪੱਗ ਬੰਨ ਕੇ ਪੁਲਿਸ ਦੇ ਵਿੱਚ ਜਾਂ ਜੇਲਰ ਦੇ ਤੌਰ 'ਤੇ ਉਹਨਾਂ ਨੇ ਬੜਾ ਨਾਮ ਕਮਾਇਆ, ਤੁਸੀਂ ਉਹ ਚੀਜ਼ਾਂ ਦੇਖੀਆਂ ਜਾਂ ਸੁਣੀਆਂ? ਥੋੜ੍ਹਾ ਥੋੜ੍ਹਾ ਸੁਣਿਆ, ਜ਼ਿਆਦਾ ਤਾਂ ਨਹੀਂ। ਕੀ ਸੁਣਿਆ? ਜਿੱਦਾਂ ਆਪਣੇ ਕਈ ਪੰਜਾਬੀ ਆਪਣੇ ਰਹੇ। ਅੱਛਾ, ਹਾਂ, ਅੱਛੇ ਅੱਛੇ ਪੋਸਟ 'ਤੇ ਰਹੇ ਜਿਹੜੇ ਨਾ। ਅੱਛਾ, ਹੁਣ ਕਿਉਂ ਨਹੀਂ? ਹੁਣ ਤਾਂ ਆਪਣੇ ਕੋਈ ਰਹੇ ਨਹੀਂ ਗੇ,
ਨਾ ਦਾੜੀ ਕੇਸਲ ਨਹੀਂ ਦਿਸਦੇ ਇੱਥੇ ਤੋਂ ਨਹੀਂ ਹੁਣ ਤੁਸੀਂ ਹੈਗੇ ਆ ਹਾਂਜੀ 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 ਸਾਨੂੰ ਇਹ ਵੀ ਦੱਸੋ ਵੀ ਉਹਨਾਂ ਸਮਿਆਂ ਦੇ ਵਿੱਚ ਇੱਕ ਬੜਾ ਸੰਘਰਸ਼ ਵਾਲਾ ਦੌਰ ਸੀ ਜਿਹੜਾ ਐਜੂਕੇਸ਼ਨ ਸੈਕਟਰ ਸੀ ਉਹਦੇ ਵਿੱਚ ਖਾਲਸਾ ਕਾਲਜ ਬਾਅਦ ਤੋਂ ਲੈ ਕੇ ਪ੍ਰਾਇਮਰੀ ਸਕੂਲ ਆਬਾਦ ਹੋਏ ਕਿੰਡਰਗਾਰਟਨ ਅਸੀਂ ਦੇਖ ਰਹੇ ਹਾਂ ਅੱਜ ਹੁਣ ਅਸੀਂ ਖਾਲਸਾ ਕਾਲਜ ਬਾਅਦ ਦੀ ਰੀਯੂਨੀਅਨ ਤੇ ਜਾਣਾ ਆ ਜਿਹੜਾ ਵਿਦਿਆ ਦਾ ਪੱਧਰ ਸੀ ਇਹ ਸਟੈਂਡਰਡ ਅਪ ਕਿਵੇਂ ਹੋਇਆ ਕਿੱਦਾਂ ਹੋਇਆ ਓਵਰ ਦਾ ਟਾਈਮ ਕਿਹੜੇ ਲੋਕਾਂ ਨੇ ਆਪਣਾ ਰੋਲ ਨਿਭਾਇਆ ਉਹਦੇ ਵਿੱਚ ਜਿੱਦਾਂ ਮਾਪਿਆਂ ਦੇ ਟਾਈਮ ਤੇ ਉਹ ਪੁਰਾਣੇ ਟਾਈਮ ਤੇ ਉਹ ਸਿੱਖੀ ਦੇ ਜੁੜੇ ਰਹੇ ਅੱਛਾ ਹਾਂਜੀ ਤੋ ਇੱਕ ਇੱਕ ਅੱਖਰ ਜਿਹੜਾ ਸਾਨੂੰ ਸਿਖਾਲਦੇ ਸੀ ਅੱਛਾ ਹਾਂਜੀ ਤੇ ਫਿਰ ਖਾਲਸਾ ਸਕੂਲ ਸਾਡਾ ਹੋਰ ਗਾਂ ਜਾ ਕੇ ਇੱਕ ਖਾਲਸਾ ਸਕੂਲ ਹੋਰ ਹੋਏਗਾ ਪ੍ਰਾਇਮਰੀ ਅੱਛਾ ਨਿੰਦੇਰੀ ਬਏ ਖਾਲਸਾ ਸਕੂਲ ਹਾਂਜੀ ਹਾਂਜੀ ਹਲੇ ਵੀ ਹੈਗਾ ਉਹ ਪਤਾ ਤੈਨੂੰ ਜੀ ਹਾਂਜੀ 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 ਉੱਥੇ ਦੇ ਲਗਭਗ ਅਸੀਂ ਉੱਥੇ ਦੇ ਬੋਣ ਆ ਅੱਛਾ ਹਾਂਜੀ ਹਾਂਜੀ ਨਹੀਂ ਪਰ ਇਹ ਸਕੂਲ ਖੁੱਲੇ ਕਦੋਂ ਇਹ ਖੁੱਲੇ ਲੋਕ ਸੀ ਜਿਨ੍ਹਾਂ ਨੇ ਇਹਦੇ ਵਿੱਚ ਆਪਣਾ ਰੋਲ ਨਿਭਾਇਆ ਕੰਟਰੀਬਿਊਟ ਕੀਤਾ ਇਹ ਜਿਹੜੇ ਬਜ਼ੁਰਗ ਰਹੇ ਇਹ ਤੋਂ ਕਈਆਂ ਨੂੰ ਤੋਂ ਮੇਰਾ ਨਾਮ ਨਹੀਂ ਪਤਾ ਮੈਨੂੰ ਪਰ ਤੁਸੀਂ ਉਹਨਾਂ ਨੂੰ ਕੁਛ ਇੱਕ ਨੂੰ ਦੇਖਿਆ ਹੋਣਾ ਕਈਆਂ ਦਾ ਨਾਮ ਸੁਣਿਆ ਹੋਣਾ ਤੁਹਾਡੇ ਘਰ ਗੱਲ ਚੱਲਦੀ ਹੋਣੀ ਆ ਵੀ ਫਲਾਨੀ ਥਾਂ ਖਾਲਸਾ ਕਾਲਜ ਬਾ ਵਾਲਾ ਖੁੱਲ ਗਿਆ ਉੱਥੇ ਪ੍ਰਿੰਸੀਪਲ ਜੇ ਐਸ ਕੰਵਲ ਵਰਗੇ ਲੋਕ ਆ ਇੰਦਰਜੀਤ ਸਿੰਘ ਵਾਲੀਆ ਵਰਗੇ ਲੋਕ ਆ ਹੋਰ ਬਹੁਤ ਸਾਰੇ ਲੋਕ ਜਿਨ੍ਹਾਂ ਦੀ ਨਾਂ ਦੀ ਤੁਸੀਂ ਚਰਚਾ ਸੁਣੀ ਹੋਣੀ ਆ ਹਾਂਜੀ ਸੁਣੀ ਆ ਸੁਣੀ ਠੀਕ ਆ ਇਹ ਗੁਰੂ ਘਰਾਂ ਦੇ ਵਿੱਚ ਆਉਂਦੇ ਸੀ ਲੋਕ ਮਿਲਦੇ ਗਿਲਦੇ ਸੀ ਤੁਹਾਨੂੰ ਕਿੰਨੀ ਕੁ ਸੰਗਤ ਹੁੰਦੀ ਸੀ ਜਦੋਂ ਤੁਸੀਂ ਜਵਾਨ ਹੋਣ ਲੱਗੇ ਗੁਰੂ ਘਰ ਦੇ ਵਿੱਚ ਕਿੰਨੇ ਕੁ ਲੋਕ ਆਉਂਦੇ ਹੁੰਦੇ ਸੀ ਇੱਥੇ ਜੇ ਆਟੋ ਕਾ ਦੀ ਗੱਲ ਕਰਾਂ ਮੈਂ ਜਿੱਦਾਂ ਕੁਝ ਵੀ ਰਹਿੰਦਾ ਰਿਹਾ ਇੱਥੇ ਸੌ ਤੇ ਉੱਪਰ ਰਹਿੰਦੇ ਸੀ ਅੱਛਾ ਹਾਂਜੀ ਹਾਂਜੀ ਹੁਣ ਤਾਂ ਕੱਢ ਗਏ 20-25 ਕਦੇ 50 ਤੇ ਮਸੀ ਹੁੰਦੇ ਆ ਠੀਕ ਹੈ ਹਾਂਜੀ ਠੀਕ ਹੈ ਫਿਜੀ ਵਿੱਚ ਸਿੱਖਾਂ ਦਾ ਜਾਂ ਪੰਜਾਬੀਆਂ ਦਾ ਫਿਊਚਰ ਕੀ ਦੇਖਦੇ ਆ ਫਿਊਚਰ ਤਾਂ ਅਸੀਂ ਬਹੁਤ ਜ਼ਿਆਦਾ ਤਾਂ ਨਹੀਂ ਬੋਲ ਸਕਦੇ ਅੱਛਾ ਜਿੱਦਾਂ ਖੇਤੀਬਾੜੀ ਦਾ ਦੇਖੋ ਤਾਂ ਫਿਰ ਜਿਹੜਾ ਜ਼ਮੀਨ ਦਾ ਪ੍ਰੋਬਲਮ ਹੈਗਾ ਇਹ ਤਾਂ ਹੁਣ ਜਿੱਦਾਂ ਪਹਿਲਾਂ ਕਈ ਫਰੀਹੋਲਡ ਸੀ ਹਾਂ ਫਿਰ ਅੱਛੇ ਅੱਛੇ ਜ਼ਮੀਨ ਜਿੱਦਾਂ ਸਸਤੇ ਸੇ ਮਿਲਦੀ ਸੀ ਅੱਛਾ ਹੁਣ ਤਾਂ ਨਹੀਂ ਅੱਛਾ ਇਹ ਵੀ ਦੱਸੋ ਮੈਨੂੰ ਵੀ ਜਦੋਂ ਤੁਸੀਂ ਗੱਲ ਕਰਦੇ ਹੋ ਜ਼ਮੀਨ ਦੀ ਓਪਰਚੁਨਿਟੀਜ਼ ਵੀ ਓਪਰਚੁਨਿਟੀਜ਼ ਘਟ ਗਈਆਂ ਗਿਣਤੀ ਵੀ ਘਟ ਗਈ ਮੈਨੂੰ ਇਹ ਦੱਸੋ ਵੀ ਇਸ ਵੇਲੇ ਸਰਕਾਰ ਜਿਹੜੀ ਆ ਹਾਂਜੀ ਇਹ ਮਾਈਗ੍ਰੈਂਟਸ ਦੇ ਹੱਕ ਵਿੱਚ ਹੈ ਇਹ ਭਾਰਤੀ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਦੀ ਹੈ ਇਹ ਤਾਂ ਮੈਂ ਨਹੀਂ ਦੱਸ ਸਕਦਾ ਜਿੱਦਾਂ ਮੈਂ ਕੀ ਕਹਾਂ ਤੁਹਾਨੂੰ ਹੱਕ ਬਰਾਬਰ ਹੈਗੇ ਆ ਇਹ ਤਾਂ ਨਹੀਂ ਹੈ ਨਹੀਂ ਹੈ ਇਹ ਤਾਂ ਬਰਾਬਰ ਨਹੀਂ ਹੈ ਇਹਦੀ ਵਜ੍ਹਾ ਕੀ ਕਰਪਸ਼ਨ ਰੇਸਿਜ਼ਮ ਬਸ ਹਾਂ ਇਦਾਂ ਹੀ ਆ ਤੁਸੀਂ ਮੰਨਦੇ ਆ ਇਹ ਤਾਂ ਹੈਗਾ ਇਹ ਤਾਂ ਮੰਨਦੇ ਆ ਅਸੀਂ ਔਰ ਇਸੇ ਕਰਕੇ ਜੇ ਤੁਹਾਨੂੰ ਮੌਕਾ ਮਿਲੇ ਤੁਸੀਂ ਇਸ ਮੁਲਕ ਨੂੰ ਛੱਡ ਕੇ ਜਾਣਾ ਤਾਂ ਹੀ ਛੱਡ ਕੇ ਜਾਂਦੇ ਆ ਹਾਂ ਜੇ ਤੁਹਾਡਾ ਬੇਟਾ ਵੀ ਛੱਡ ਕੇ ਜਾਂਦਾ ਤੁਹਾਨੂੰ ਕੋਈ ਇਤਰਾਜ਼ ਨਹੀਂ ਨਾ 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 ਕੋਈ ਇਤਰਾਜ਼ ਨਹੀਂ ਫਿਜੀ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੇ ਜਿਹੜੇ ਸੰਗਠਿਤ ਤੌਰ ਦੇ ਉੱਤੇ ਵੀ ਢਾਂਚੇ ਖੜ੍ਹੇ ਹੋਏ ਉਹਨਾਂ ਦੇ ਵਿੱਚ ਇੱਕ ਖਲਾਅ ਪੈਦਾ ਹੋ ਰਿਹਾ ਉਹ ਖਲਾਅ ਦੇਖੇ ਅਣਦੇਖੇ ਬਹੁਤ ਸਾਰੇ ਪਲਾਂ ਵਿੱਚੋਂ ਗੁਜ਼ਰਦਾ ਹੋਇਆ ਇਸ ਵੀਡੀਓ ਦੇ ਵਿੱਚ ਸਮਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੈਂ ਇਹ ਵੀ ਦੇਖਿਆ ਕਿ ਬਹੁਤ ਸਾਰੇ ਲੋਕ ਅਜਿਹੇ ਆ ਜਿਨ੍ਹਾਂ ਨੂੰ ਆਪਣੀਆਂ ਜੜ੍ਹਾਂ ਨਾਲ ਪਿਆਰ ਤਾਂ ਹੈ ਲੇਕਿਨ ਉਸ ਨੂੰ ਸ਼ੋਕੇਸ ਕਰਨ ਲੱਗਿਆ ਕਿਤੇ ਨਾ ਕਿਤੇ ਉਹ ਹੈਜੀਟੇਟ ਕਰਦੇ ਆ ਇਹ ਵੀ ਦੇਖਿਆ ਗਿਆ ਕਿ ਉਹਨਾਂ ਦੀ ਜਿਹੜੀ ਪੋਲੀਟੀਕਲ ਸਮਝ ਆ ਉਹ ਉਨੀ ਨਹੀਂ ਹੈ ਜਿੰਨੀ ਹੋਣੀ ਚਾਹੀਦੀ ਆ ਕੱਲ੍ਹ ਸੁਣਨੇ ਨੂੰ ਕੌੜੀ ਆ ਦੇਖਣ ਨੂੰ ਭੈੜੀ ਆ ਲੇਕਿਨ ਸੱਚਾਈ ਇਹੀ ਆ ਲੋਟੋ ਕਾ ਗੁਰੂ ਘਰ ਤੋਂ ਸਰਦਾਰ ਮਲਕੀਤ ਸਿੰਘ ਹੋਣਾਂ ਦੇ ਨਾਲ ਵੀਰ ਹਰਜੋਤ ਸਿੰਘ ਹੋਣਾਂ ਦੇ ਸਾਥ ਪਰਮਿੰਦਰ ਸਿੰਘ ਪਾਪਾ ਟੋਇਟੇ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਕਰੀਆ